ਪਠਾਨਕੋਟ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਜਿੱਥੇ ਇੱਕ ਪਾਸੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖ਼ਤੀ ਕਰਦੇ ਹੋਏ ਪਿਛਲੇ ਇੱਕ ਮਹੀਨੇ ਵਿੱਚ 1000 ਤੋਂ ਵੱਧ ਆਟੋਆਂ ਦੇ ਚਲਾਨ ਕੱਟੇ ਗਏ ਹਨ ਤੇ 60 ਆਟੋ ਜ਼ਬਤ ਕੀਤੇ ਗਏ ਹਨ, ਉੱਥੇ ਹੀ ਦੂਜੇ ਪਾਸੇ ਸਖ਼ਤੀ ਦਾ ਸ਼ਿਕਾਰ ਹੋਏ ਇੱਕ ਆਟੋ ਚਾਲਕ ਨੇ ਅੱਜ ਸ਼ਹਿਰ ਦੇ ਸਲਾਰੀਆ ਚੌਂਕ ਨੇੜੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੇ ਤੁਰੰਤ ਦੂਜੇ ਹੋਰਨਾਂ ਆਟੋ ਚਾਲਕਾਂ ਨੇ ਮੁਸਤੈਦੀ ਨਾਲ ਉਸ ਨੂੰ ਬਚਾ ਲਿਆ। ਜਾਣਕਾਰੀ ਅਨੁਸਾਰ ਅੱਜ ਕਰੀਬ ਦੁਪਹਿਰ 2:30 ਵਜੇ ਆਟੋ ਚਾਲਕ ਰਜਿੰਦਰਪਾਲ ਸਲਾਰੀਆ ਚੌਂਕ ਵੱਲ ਨੂੰ ਆ ਰਿਹਾ ਸੀ ਕਿ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੇ ਉਸ ਦਾ ਚਲਾਨ ਕੱਟ ਦਿੱਤਾ। ਆਟੋ ਚਾਲਕ ਦੀ ਪੁਲਿਸ ਨਾਲ ਬਹਿਸ ਹੋਈ ਤਾਂ ਆਟੋ ਚਾਲਕ ਨੇ ਆਟੋ ਵਿੱਚ ਰੱਖੀ ਰੱਸੀ ਨਾਲ ਆਪਣਾ ਗਲਾ ਦਬਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ ਤੇ ਮੌਜੂਦ ਹੋਰਨਾਂ ਆਟੋ ਚਾਲਕਾਂ ਨੇ ਬਚਾ ਲਿਆ। ਆਟੋ ਚਾਲਕ ਰਜਿੰਦਰਪਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪੁਲਿਸ ਵੱਲੋਂ ਉਸ ਦਾ ਚਲਾਨ ਕੱਟਿਆ ਗਿਆ ਸੀ ਤੇ ਅੱਜ ਫਿਰ ਉਸ ਦਾ ਚਲਾਨ ਕੱਟ ਦਿੱਤਾ ਗਿਆ ਹੈ ਤੇ ਜੇਕਰ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰੇਗਾ। ਮੈਂ ਜਿੰਦੇ ਪਾਲ ਹੈ, 35 ਸਵਾਰੀਆਂ ਬੈਠੀਆਂ, ਇਹਨੇ ਕਿਹਾ 35 ਸਵਾਰੀਆਂ ਕੋਈ ਕੁਝ ਚਿੰਤਾ ਨਹੀਂ, ਠੀਕ ਹੈ, ਇਹਨੂੰ ਓਵਰ ਤਨਾ ਕਿੱਦਾਂ, ਠੀਕ ਹੈ, ਕਹਿੰਦੇ ਫਲਾਂ ਕੋਈ ਗੱਡੀ ਚੜ੍ਹੇਗੀ ਇੱਥੇ, ਠੀਕ ਹੈ, ਕੋਈ ਤੰਗ ਹੀ ਕਰੇਗੀ, ਇਹ ਸਾਨੂੰ ਤੰਗ ਕਰੀ ਗਿਆ ਮਾਰੇ ਬੰਦਿਆਂ ਨੂੰ ਜੀ, ਅੱਜ ਫਿਰ ਤਨਾ ਕਰ ਦਿੱਤਾ ਮੇਰਾ। ਤੇ ਪਹਿਲੇ ਵੀ ਤੁਹਾਡਾ ਚਲਾਨ ਹੋਇਆ? ਪਹਿਲੇ ਵੀ ਹੋਇਆ ਮੇਰਾ ਚਲਾਨ। ਕਿੰਨੇ ਦਾ ਹੋਇਆ? 5000 ਦਾ। ਕਦੋਂ ਭੁਗਤਿਆ ਸੀ ਉਹ? ਕੱਲ੍ਹ ਭੁਗਤਿਆ, ਅੱਜ ਫਿਰ 5000 ਦੀ। ਮੈਂ ਕਿਵੇਂ ਵਾ, ਮੇਰੇ ਮਾਂ ਪਿਓ ਪੁੱਤੇ, ਮੇਰੀ ਭੈਣ ਸੋਤੇ ਭੈਣਾਂ, ਮੈਂ ਘਰ ਦਾ ਖਰਚਾ ਵੀ ਚਲਾਨ ਕਿਸ਼ਤਾਂ ਵੀ ਦੇਣੀਆਂ, ਮੈਂ ਘਰ ਦੀ ਦੱਸੋ। ਤੇ ਕੀ ਕਹਿਣਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਦੀ? ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਸਾਡੇ ਨਾਲ ਬੈਠੀ ਨਹੀਂ ਆਉਂਦੀ ਆ, ਆਪਾਂ ਕਹੀ ਜਾਂਦੇ ਪੈਸੇ ਹੀ ਮੰਗੇ ਆ ਇਹਦੇ ਘਰ, ਠੀਕ ਹੈ, ਫੋਨ ਨਹੀਂ ਕਹੀ ਹੁੰਦੀ ਆ, ਆਪਾਂ ਕਹੀ ਪੈਸੇ ਹੀ ਮੰਗੇ ਆ। ਕਿਹਨਾਂ ਕੋਲ ਪੈਸੇ ਨਹੀਂ ਮੰਗੇ? ਪੁਲਿਸਾਂ ਨੂੰ ਕਹੀ ਪੈਸੇ ਮੰਗੇ ਇਹਦੇ ਘਰ, ਹੈ ਜਿੰਦੀ ਨਹੀਂ ਸਾਨੂੰ। ਹੁਣ ਕੀ ਮੰਗ ਕੀ ਕਰਦੇ ਤੁਸੀਂ? ਸਾਨੂੰ ਆਟੋ ਹੀ ਚਲਾ ਦਿੰਦੇ, ਰੋਟੀ ਖਾਣ ਦਿੰਦੇ, ਇਸ ਮੌਕੇ ਹੋਰਨਾਂ ਆਟੋ ਚਾਲਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਸਖ਼ਤੀ ਤੋਂ ਬਾਅਦ ਆਟੋ ਚਾਲਕਾਂ ਵੱਲੋਂ ਸੋਮਵਾਰ ਸਵੇਰੇ 10 ਵਜੇ ਪੀਰ ਬਾਬਾ ਚੌਂਕ ਵਿਖੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ SSP ਪਠਾਨਕੋਟ ਦੀਪਕ ਹਲੇਰੀ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਸਵੇਰੇ 6 ਵਜੇ ਨਾਕਾ ਲੱਗ ਜਾਂਦਾ, ਕਿੱਥੋਂ ਕੰਮ ਕਰਨਾ?